ਅੰਮ੍ਰਿਤਸਰ ਦੇ ਪਿੰਡ ਖਲਚੀਆਂ ਵਿੱਚ ਉਸ ਵੇਲੇ ਇੱਕ ਹੈਰਾਨੀਜਨਕ ਘਟਨਾ ਘਟੀ ਜਦੋਂ ਇੱਕ ਨੌਜਵਾਨ ਨੂੰ ਵਿਆਹ ਤੋਂ ਬਾਅਦ ਸਿੱਧਾ ਥਾਣੇ ਦੀ ਹਵਾ ਖਾਣੀ ਪਈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਸਬੀਰ ਸਿੰਘ ਦਾ ਵਿਆਹ 2 ਸਾਲ ਪਹਿਲਾਂ ਕਿਰਨਦੀਪ ਕੌਰ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਸਬੀਰ ਸਿੰਘ ਕਿਰਨਦੀਪ ਕੌਰ ਨੂੰ ਦਹੇਜ ਕਰਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਚੁੱਕਾ ਸੀ ਅਤੇ ਉਸਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਚੁੱਕਾ ਸੀ। ਹੱਦ ਤੇ ਉਸ ਵੇਲੇ ਹੋ ਗਈ ਜਦੋਂ ਉਸਨੇ ਆਪਣੇ ਹੀ ਪਿੰਡ ਦੀ ਇੱਕ ਹੋਰ ਕੁੜੀ ਕਮਲਜੀਤ ਕੌਰ ਦੇ ਨਾਲ ਵਿਆਹ ਰਚਾ ਲਿਆ। ਉਸ ਤੋਂ ਬਾਅਦ ਕੱਲ ਜਦੋਂ ਉਹ ਵਿਆਹ ਕਰਵਾ ਰਿਹਾ ਸੀ ਉਸ ਵੇਲੇ ਉਸਦੀ ਪਹਿਲੀ ਪਤਨੀ ਕਿਰਨਦੀਪ ਕੌਰ ਨੂੰ ਇਸ ਬਾਰੇ ਸੂਚਨਾ ਮਿਲ ਗਈ ਅਤੇ ਉਹ ਵਿਆਹ ਤੇ ਪੁੱਜ ਗਈ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਮੌਕੇ ਤੇ ਸੱਦ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਜਸਬੀਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਅੰਦਰ ਬੰਦ ਕਰ ਦਿੱਤਾ। ਵਿਆਹ ਵਾਲਾ ਮੁੰਡਾ ਸਿੱਧਾ ਵਿਆਹ ਤੋਂ ਥਾਣੇ ਗਿਆ। ਉੱਥੇ ਇਸ ਮਾਮਲੇ ਵਿੱਚ ਦੋਨੇ ਪਤਨੀਆਂ, ਜਿਸ ਦੇ ਇੱਕ ਹੱਥ ਵਿੱਚ ਮਹਿੰਦੀ ਅਤੇ ਦੂਜੇ ਹੱਥ ਵਿੱਚ ਉਸਦਾ ਬੱਚਾ, ਦੋਹੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਤੇ ਵਿਆਹ ਵਾਲੇ ਮੁੰਡੇ ਤੇ ਕੜੀ ਕਾਰਵਾਈ ਅਤੇ ਵਿਆਹ ਤੇ ਖਰਚ ਨੂੰ ਲੈ ਕੇ ਮੰਗ ਕਰ ਰਹੀਆਂ ਨੇ। ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਹੈਗਾ, ਪਹਿਲੇ ਵੀ ਸ਼ਾਦੀ ਸ਼ੁਦਾ ਹੁੰਦਾ, ਮੈਨੂੰ ਦੱਸਿਆ ਨਹੀਂ ਹੈਗਾ, ਵਿਚੋਲੀ ਦਾ ਸਾਰਾ ਕਸੂਰ ਹੈਗਾ। ਤੁਹਾਨੂੰ ਕੀ ਕਿਹਾ ਗਿਆ? ਸਾਨੂੰ ਕੁਛ ਨਹੀਂ ਕਿਹਾ ਹੈਗਾ, ਸਾਨੂੰ ਕਹਿੰਦੇ ਕਿ ਇੱਕ ਵਾਰਾ ਹੀ ਹੈਗਾ। ਹਾਂਜੀ, ਬਸ ਸਾਨੂੰ ਸਾਡਾ ਖਰਚਾ ਚਾਹੀਦਾ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਅੱਜ ਇਹਨੇ ਉਹਦੀ ਜ਼ਿੰਦਗੀ ਇੱਕ ਖਰਾਬ ਕੀਤੀ, ਬੁੱਢੀ ਦੀ, ਮੇਰੀ ਵੀ ਕਰਨੀ, ਇਸ ਤੋਂ ਵੱਧ ਕੇ ਹੋਰ ਵੀ ਕਿਸੇ ਦੀ ਕਰਨੀ। ਇਹਨਾਂ ਨੂੰ ਕੜਕੀ ਤੋਂ ਕਤਲ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਸਾਡੇ ਨਾਲ ਕੀਤੀ, ਕੱਲ੍ਹ ਨੂੰ ਹੋਰ ਕਿਸੇ ਦੇ ਨਾਲ ਵੀ ਕਰਨਗੇ। ਸਾਡਾ ਜਿੰਨਾ ਖਰਚਾ ਹੋਇਆ ਸਾਨੂੰ ਖਰਚਾ ਦੇ ਦੇਣ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਤੁਹਾਨੂੰ ਕਦੀ ਨਹੀਂ ਦੱਸਿਆ ਨੇ ਵਿਆਹ ਬਾਰੇ? ਨਾ, ਇੱਦਾਂ ਦੀ ਸਰ ਗੱਲਬਾਤ ਹੀ ਨਹੀਂ ਹੋਈ ਕੋਈ ਐਸੀ। ਕਿਰਨਦੀਪ ਕੌਰ ਆ, 2017 ਚ ਮੇਰੀ ਮੈਰਿਜ ਹੋਈ ਸੀਗੀ, 10ਵੇਂ ਮਹੀਨੇ ਦੀ 14-15 ਤਰੀਕ ਨੂੰ ਹੋਈ ਸੀਗੀ। ਅਤੇ ਮੇਰੀ ਇੱਕ ਬੇਟੀ ਆ ਹੁਣ ਸਾਲ ਦੀ, ਮੇਰਾ ਘਰ ਵਾਲਾ ਮੇਰੇ ਨਾਲ ਮਾਰਕੁੱਟ ਕਰਦਾ ਸੀਗਾ ਅਤੇ ਮੈਨੂੰ ਸਾਲ ਹੋ ਗਿਆ ਘਰੋਂ ਬਾਹਰ ਕੱਢਿਆ ਨੂੰ, ਅਤੇ ਮੈਂ ਸਾਲ ਆਪਣੇ ਪੇਕੇ ਹੀ ਰਹੀ ਹਾਂ ਅਤੇ ਮੈਨੂੰ ਵਿੱਚ ਵਿੱਚ ਮਿਲਣ ਵੀ ਆਉਂਦੇ ਸੀਗੇ ਅਤੇ ਫੋਨ ਵੀ ਕਰਦੇ ਸੀਗੇ ਕਿ ਇਹ ਮੇਰੇ ਨਾਲ ਹੀ ਆ, ਅਤੇ ਬਾਹਰ ਵੀ ਜਦੋਂ ਵੀ ਮੈਂ ਇਹਨਾਂ ਨੂੰ ਫੋਨ ਕਰਦੀ ਸੀਗੀ ਇਹਨਾਂ ਦਾ ਫੋਨ ਅਕਸਰ ਵੇਟਿੰਗ ਹੀ ਆਉਂਦਾ ਸੀਗਾ, ਅਤੇ ਜਦੋਂ ਕਾਲ ਕਰਨੀ ਬਿਜ਼ੀ, ਅਤੇ ਜੇ ਮੈਂ ਇਹਨਾਂ ਨੂੰ ਕਹਿਣਾ ਤੁਹਾਡਾ ਫੋਨ ਕਿੱਥੇ ਬਿਜ਼ੀ ਆਉਂਦਾ, ਤਾਂ ਇਹਨਾਂ ਨੇ ਮੈਨੂੰ ਝਟਕਾ ਦੇ ਕੇ ਅਤੇ ਬੰਦ ਕਰ ਦੇਣਾ ਵੀ ਤੈਨੂੰ ਇਸ ਗੱਲ ਨਾਲ ਕੋਈ ਲੱਗੇ ਮੇਰਾ ਜਿੱਥੇ ਮਰਜ਼ੀ ਫੋਨ ਆਵੇ। ਅਤੇ ਮੈਂ ਆਪਣੀ ਬੇਟੀ ਦਾ ਕਰਕੇ ਕਹਿੰਦੀ ਰਹੀ ਵੀ ਚਲੋ ਕੋਈ ਨਹੀਂ, ਜੇ ਉਹਨੇ ਮਿਲਣ ਆਉਂਦਾ ਵਾ ਅਤੇ ਆਪੇ ਇੱਕ ਦਿਨ ਵਾਪਸ ਆ ਹੀ ਜਾਏਗਾ। ਪਰ ਇਹ ਜਦੋਂ ਮੇਰੇ ਨਾਲ ਲੜਾਈ ਝਗੜਾ ਕਰਦਾ ਸੀ ਤਾਂ ਗਰਮ ਚਾਹ ਵਗੈਰਾ ਵੀ ਉੱਪਰ ਪਾ ਦਿੰਦਾ ਹੁੰਦਾ ਸੀਗਾ ਕਿ ਤੂੰ ਮੇਰੀ ਕੁਛ ਨਹੀਂ ਲੱਗਦੀ, ਅਤੇ ਮੇਰੇ ਮਿਡਲ ਕਲਾਸ ਫੈਮਲੀ, ਇਸ ਕਰਕੇ ਮੈਂ ਥੋੜ੍ਹਾ ਜਿਹਾ ਡਰਦੀ ਸੀ ਵੀ ਜੇ ਮੈਂ ਹੁਣ ਮੇਰੇ ਮਾਂ ਬਾਪ ਨੇ ਇੰਨਾ ਮੁਸ਼ਕਿਲ ਵਿਆਹ ਕੀਤਾ ਅਤੇ ਫਿਰ ਮੈਂ ਕੀ ਕਰੂੰਗੀ ਜੇ ਹੁਣ ਮੈਂ ਘਰ ਚੱਲ ਗਈ। ਅਤੇ ਜਦੋਂ ਵਿਆਹ ਕੀਤਾ ਉਦੋਂ ਵੀ 250 ਬੰਦਾ ਬਰਾਤ 'ਤੇ ਲੈ ਕੇ ਗਏ ਸੀਗੇ, ਚਰਚ ਵਿੱਚ ਗਈ ਸੀਗੀ ਇਹੀ ਸੋਚ ਕੇ ਵੀ ਇਹ ਸ਼ਾਇਦ ਵਾਪਸ ਆ ਜਾਏ, ਉੱਥੇ ਇੰਨੇ ਵੱਡੇ ਵੱਡੇ ਕੰਮ ਹੁੰਦੇ ਆ ਤਾਂ ਇਹ ਵੀ ਆ ਹੀ ਜਾਏਗਾ। ਤਾਂ ਮੈਨੂੰ ਕਾਫੀ ਦੇਰ ਹੋ ਗਈ ਸੀਗੀ ਚਰਚ ਵਿੱਚ ਜਾਂਦੇ ਆ, 3-4 ਮਹੀਨੇ ਹੋ ਗਏ ਸੀਗੇ। ਅੱਜ ਫਿਰ ਉੱਥੇ ਮੈਨੂੰ ਮੇਰੀ ਫਰੈਂਡ ਦਾ ਕਿਸੇ ਦੀ ਕਾਲ ਆਈ ਕਿ ਇੱਦਾਂ ਹੈਗੇ ਆ ਅਤੇ ਉਹ ਨਾ ਤੇਰਾ ਹਸਬੈਂਡ ਮੈਰਿਜ ਕਰਾਉਣ ਡੇ ਆ, ਫਿਰ ਇਹ ਭਾਅ ਜੀ ਹੋਣੀ ਆ ਇਹਨਾਂ ਨੇ। ਬਾਅਦ ਵਿੱਚ ਮੈਂ ਇਹਨਾਂ ਨੂੰ ਕਾਲ ਕੀਤੀ ਅਤੇ ਇਹਨਾਂ ਨੇ ਮੈਨੂੰ ਕੀਤਾ ਫੋਨ ਵੀ ਤੇਰੇ ਹਸਬੈਂਡ ਸੱਚੀ ਮੁੱਚੀ ਕਾਲ ਵਿਆਹ ਕਰਵਾਉਂਦੇ ਪਏ ਆ। ਫਿਰ ਮੈਂ ਇਹਨਾਂ ਦੇ ਨਾਲ ਇੱਥੇ ਆਈ ਅਤੇ ਪੁਲਿਸ ਨੂੰ ਤਲਾਕ ਕੀਤੀ ਅਤੇ ਫਿਰ ਅਸੀਂ ਰੰਗਿਆ ਉੱਥੇ ਇਹਨਾਂ ਨੂੰ ਪੜਿਆ, ਮੇਰਾ ਇਹਨਾਂ ਨਾਲ ਕੋਈ ਡਿਵੋਰਸ ਨਹੀਂ ਹੋਇਆ, ਕੋਈ ਲਿਖਾ ਪੜ੍ਹੀ ਨਹੀਂ ਹੋਈ ਵੀ।
ਤੇ ਮੇਰੇ ਇੱਕ 1.5 ਸਾਲ ਦੀ ਬੇਟੀ ਆ, ਉਹਨੂੰ ਵੀ ਇਹ ਕਹਿ ਦਿੰਦੇ ਆ ਕਿ ਮੇਰੀ ਨਹੀਂ ਆ। ਤੇ ਕੀ ਡਿਮਾਂਡ ਕਰਦੇ ਹੋ? ਮੈਨੂੰ ਇਨਸਾਫ ਚਾਹੀਦਾ ਏ, ਤਾਂ ਕਿ ਅੱਗੇ ਨੈਕਸਟ ਟਾਈਮ ਇਹ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਨਾ ਬਰਬਾਦ ਕਰ ਸਕਣ। ਤੇ ਮੈਡਮ, ਮੈਂ ਤੁਹਾਡੇ ਨਾਲ ਤਲਾਕ ਹੋਇਆ ਸੀ? ਨਹੀਂ ਨਹੀਂ, ਮੇਰੇ ਨਾਲ ਕੋਈ ਤਲਾਕ ਨਹੀਂ ਹੋਇਆ, ਕੋਈ ਲਿਖਾ ਪੜ੍ਹੀ ਨਹੀਂ ਹੋਈ। ਫਿਰ ਵੀ ਦੂਜਾ ਵਿਆਹ ਕਰਾ? ਹਾਂਜੀ। ਉਹ ਕਹਿੰਦੇ ਕਾਗਜ਼ਾਂ ਦੀ ਕੋਈ ਗੱਲ ਇੱਦਾਂ ਵਾ ਕਿ ਇੱਕ ਜਸਵੀਰ ਸਿੰਘ ਮੁੰਡਾ ਵਾ, ਰਜਿੰਦਰ ਨਗਰ ਦਾ ਰਹਿਣ ਵਾਲਾ, ਅਤੇ ਇਹਨਾਂ ਆਪਣੇ ਪਰਿਵਾਰ ਨੇ ਸਾਰਿਆਂ ਨੇ ਹਮਸਲਾ ਹੋ ਕੇ ਪਿਓ ਨੇ ਮਾਂ ਨੇ ਨਾਲ ਵਿਚੋਲਣ ਆ ਰਜਿੰਦਰ ਨਗਰ ਦੀ, ਅਤੇ ਉਹ ਜਿਹੜੀ ਰਜਿੰਦਰ ਰਾਜ ਕੌਰ ਹੈਗੀ ਵਿਚੋਲਣ, ਉਹਦੇ ਪੇਕੇ ਇੱਥੇ ਹੈਗੇ ਆ ਬਟਾਰੀ, ਉਹਨੇ ਆਪਣੇ ਇੱਥੋਂ ਸਕਿਆਂ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਕਰਾਤਾ ਉਹਨੂੰ ਕਿ ਇਹ ਮੁੰਡਾ ਜੇ ਕੁਆਰਾ ਹੈਗਾ ਅਤੇ ਤੁਹਾਡਾ ਮੈਂ ਵਿਆਹ ਰਿਸ਼ਤਾ ਕਰਾ ਦਿੰਦੀ ਹਾਂ। ਅਤੇ ਜਦੋਂ ਉਹ ਪਹਿਲਾਂ ਵਿਆਹਿਆ ਵਾ ਉਹਦਾ 2017 ਦੇ ਵਿੱਚ ਕਿਰਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਤਰਸਿੱਕੇ ਨਾਲ ਵਿਆਹ ਪਹਿਲਾਂ ਆਲਰੇਡੀ ਹੋਇਆ ਸੀ ਮੈਨੂੰ, ਅਤੇ ਉਹਦੀ ਇੱਕ 1.5 ਸਾਲ ਦੀ ਬੱਚੀ ਵੀ ਹੈਗੀ ਹੈ, ਉਹਨੇ ਝੂਠ ਬੋਲ ਕੇ ਇੱਥੇ ਵਿਆਹ ਕਰਾਇਆ, ਜਿਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 15 ਅੰਡਰ ਸੈਕਸ਼ਨ 498A 494-120B ਦਰਜ ਆ, ਜਿਹਦੇ ਵਿੱਚ 3 ਬੰਦੇ ਗ੍ਰਿਫਤਾਰ ਕਰ ਲਿਆ ਜਿਹਨਾਂ ਨੂੰ ਪੇਸ਼ ਕਰਨ ਚੱਲੇ ਅਦਾਲਤ।